ਹਾਂਜੀ ਸਵਾਗਤ ਹੈ ਤੁਹਾਡਾ ਸਾਰਿਆਂ ਦਾ ਸਾਡੇ YouTube ਚੈਨਲ एग्जाम ਸਟੱਡੀ ਵਿਦ ਜੋਬ ਅਲਰਟ ਤੇ ਮਾਸਟਰ ਕੀ ਡਰ ਐਸਐਸਟੀ ਹਿਸਟਰੀ ਭਾਰਤ ਦਾ ਇਤਿਹਾਸ ਅਗਲੇ MCQ ਕੁਐਸਚਨ ਲੈ ਕੇ ਆਇਆ ਪਹਿਲਾ ਵਾਲਾ ਭਾਗ ਚੈਨਲ ਦੀ ਪਲੇਲਿਸਟ ਵਿੱਚ ਐਡਿਟ ਕਰ ਸਕਦੇ ਹੋ ਪਲੇਲਿਸਟ ਦਾ ਲਿੰਕ ਇਹਦੇ ਵੀਡੀਓ ਦੀ ਡਿਸਕ੍ਰਿਪਸ਼ਨ ਦੇ ਵਿੱਚ ਤੁਹਾਨੂੰ ਮਿਲ ਜਾਏਗਾ ਸੋ ਚੈਨਲ ਤੇ ਪਹਿਲੀ ਵਾਰ ਹੋਵੇ ਤਾਂ ਚੈਨਲ ਨੂੰ ਸਬਸਕ੍ਰਾਈਬ ਕਰਕੇ ਬੈਲ ਆਈਕਨ ਆ ਤੇ ਪ੍ਰੈਸ ਕਰ ਲਿਓ ਤਾਂ ਜੋ ਤੁਹਾਨੂੰ ਵੀਡੀਓ ਦਾ ਨੋਟੀਫਿਕੇਸ਼ਨ ਸਮੇਂ ਸਿਰ ਮਿਲਦਾ ਰਹੇ ਤਾਂ ਆਪਾਂ ਸਟਾਰਟ ਕਰਦੇ ਹਾਂ ਜੀ ਅਗਲੇ MCQ ਕੁਐਸਚਨਸ ਤੋ ਕੁਐਸਚਨ ਨੰਬਰ 16 ਤੋਂ ਸਟਾਰਟ ਕਰਾਂਗੇ ਵੈਸ਼ਨਵ ਭਗਤੀ ਲਹਿਰ ਦਾ ਉਦਾਨ ਕਿਸ ਸਦੀ ਦੇ ਵਿੱਚ ਹੋਇਆ ਸੀਗਾ 11ਵੀਂ ਸਦੀ 12ਵੀਂ 10ਵੀਂ ਜਾਂ ਫਿਰ 13ਵੀਂ ਸਦੀ ਦੇ ਵਿੱਚ ਤਾਂ ਇਹ ਹੋਇਆ ਸੀਗਾ ਜੀ ਆਪਸ਼ਨ ਬੀ 12ਵੀਂ ਸਦੀ ਦੇ ਵਿੱਚ ਵੈਸ਼ਨਵ ਭਗਤੀ ਦਾ ਜੋ ਇਹ ਲਹਿਰ ਸੀ ਇਹਦਾ ਉਥਾਨ ਹੋਇਆ ਸੀਗਾ ਅਗਲਾ ਪ੍ਰਸ਼ਨ ਹੈ ਇਹਨਾਂ ਵਿੱਚੋਂ ਕਿਸ ਨੇ ਕੀਰਤਨ ਦੀ ਪ੍ਰਥਾ ਚਲਾਈ ਸੀ ਸੰਤ ਕਬੀਰ ਚੈਤਨਿਆ ਰਾਮਾਨੰਦ ਜਾਂ ਫਿਰ ਸੰਤ ਰਵੀਦਾਸ ਤਾਂ ਇਹ ਚਲਾਈ ਸੀ ਜੀ অপਸ਼ਨ ਬੀ ਚੈਤਨਿਆ ਨੇ ਕੀਰਤਨ ਦੀ ਜਿਹੜੀ ਉਪਰਾਥਾ ਚਲਾਈ ਸੀਗੀ অপਸ਼ਨ ਬੀ ਸਾਡਾ ਆਨਸਰ ਆਏਗਾ 18ਵਾਂ ਪ੍ਰਸ਼ਨ ਹੈ ਸੰਤ ਨਾਮਦੇਵ ਦਾ ਸਬੰਧ ਕਿਸ ਪ੍ਰਾਂਤ ਨਾਲ ਸੀ ਉੱਤਰ ਪ੍ਰਦੇਸ਼ ਮਹਾਰਾਸ਼ਟਰ ਕੇਰਲਾ ਜਾਂ ਫਿਰ ਪੰਜਾਬ ਤਾਂ ਇਹ ਸਵਾਨ ਸੀਗਾ ਜੀ অপਸ਼ਨ ਬੀ ਮਹਾਰਾਸ਼ਟਰ ਨਾਲ ਸੰਤ ਨਾਮਦੇਵ ਦਾ ਸਬੰਧ ਸੀਗਾ ਅਗਲਾ ਪ੍ਰਸ਼ਨ ਹੈ ਸੰਤ ਦਾदू दयाल ਦਾ ਸਬੰਧ ਕਿਸ ਪ੍ਰਾਂਤ ਨਾਲ ਸੀਗਾ? ਗੁਜਰਾਤ, ਮਹਾਰਾਸ਼ਟਰ, ਕੇਰਲ ਜਾਂ ਫਿਰ ਉੱਤਰ ਪ੍ਰਦੇਸ਼? ਤਾਂ ਉਹ ਸੀਗਾ ਜੀ ਗੁਜਰਾਤ ਨਾਲ। ਆਪਸ਼ਨ A ਪ੍ਰਸ਼ਨ ਨੰਬਰ B ਮੱਧ ਕਾਲ ਵਿੱਚ ਜੋਗੀ ਮਤ ਦਾ ਮੋਢੀ ਕੌਣ ਸੀ? ਭਗਤ ਕਬੀਰ, ਸ਼ੰਕਰਾਚਾਰੀਆ, ਰਾਮਾਨੁਜ ਜਾਂ ਫਿਰ ਗੋਰਖਨਾਥ? ਤਾਂ ਠੀਕ ਹੈ ਜੀ অপਸ਼ਨ ਡੀ ਗੋਰਖਨਾਥ ਮੱਧ ਕਾਲ ਵਿੱਚ ਜੋਗੀ ਮਤ ਦਾ ਮੋਢੀ ਸੀਗਾ 21ਵਾਂ ਪ੍ਰਸ਼ਨ ਹੈ ਚੀਨੀ ਯਾਤਰੀ ਹਿਉਨਸਾਂਗ ਕਿਸ ਰਾਜੇ ਦੇ ਰਾਜਕਾਲ ਸਮੇਂ ਭਾਰਤ ਆਇਆ ਸੀ ਪਹਿਲੀ ਆਪਸ਼ਨ ਹੈ ਕਨਿਸ਼ਕ ਹਰਸ਼ਵਰਧਨ ਸਮੁੰਦਰਗੁਪਤ ਜਾਂ ਫਿਰ ਚੰਦਰਗੁਪਤ ਇਹ ਕੁਐਸਚਨ ਅਕਸਰ ਐਗਜ਼ਾਮ ਦੇ ਵਿੱਚ ਪੁੱਛਿਆ ਜਾਂਦਾ ਹੈ ਤਾਂ ਉਹ ਆਇਆ ਸੀਗਾ ਜੀ অপਸ਼ਨ ਬੀ ਹਰਸ਼ਵਰਧਨ ਦੇ ਸਮੇਂ ਚੀਨੀ ਯਾਤਰੀ ਹੁਣ ਸੰਗ ਜਿਹੜਾ ਭਾਰਤ ਆਇਆ ਸੀਗਾ ਪ੍ਰਸ਼ਨ ਨੰਬਰ 22 ਇਹਨਾਂ ਵਿੱਚੋਂ ਕਿਸ ਨੂੰ ਭਾਰਤ ਦਾ ਨੈਪੋਲੀਅਨ ਕਿਹਾ ਜਾਂਦਾ ਹੈ ਚੰਦਰਗੁਪਤ ਪਹਿਲਾ ਸਮੁੰਦਰਗੁਪਤ ਕਨੇਸ਼ਕ ਜਾਂ ਚੰਦਰਗੁਪਤ ਬੇਕਰਮ ਦਿੱਤ ਤਾਂ ਇਹ ਕਿਹਾ ਜਾਂਦਾ ਜੀ ਆਪਸ਼ਨ ਬੀ ਸਮੁੰਦਰਗੁਪਤ ਨੂੰ ਭਾਰਤ ਦਾ ਨੈਪੋਲੀਅਨ ਕਿਹਾ ਜਾਂਦਾ ਹੈ ਇਹ ਵੀ ਮੋਸਟ ਇੰਪੋਰਟੈਂਟ ਕੁਐਸਚਨ ਹੈ ਪ੍ਰਸ਼ਨ ਨੰਬਰ 23 ਚੀਨੀ ਯਾਤਰੀ ਫਾਹੀਜਾਨ ਕਿਸ ਸਮਰਾਟ ਦੇ ਰਾਜਕਾਲ ਸਮੇਂ ਭਾਰਤ ਆਇਆ ਸੀ ਚੰਦਰਗੁਪਤ ਵਿਕਰਮਦਿੱਤ ਸਮੁੰਦਰਗੁਪਤ ਅਸ਼ੋਕ ਜਾਂ ਫਿਰ ਕਨਿਸ਼ਕ ਦੇ ਸਮੇਂ ਤਾਂ ਇਹ ਆਇਆ ਸੀਗਾ ਜੀ ਚੰਦਰਗੁਪਤ ਵਿਕਰਮਦਿੱਤ ਦੇ ਸਮੇਂ ਚੀਨੀ ਯਾਤਰੀ ਫਾਹੀਜਾਨ ਸੀਗਾ ਜਿਹੜਾ ਉਹ ਭਾਰਤ ਆਇਆ ਸੀ ਹਿਊਨ ਸੰਗ ਆਏ ਸੀ ਜਿਹੜਾ ਉਹ ਹਰਸ਼ਵਰਧਨ ਦੇ ਸਮੇਂ ਭਾਰਤ ਆਇਆ ਸੀ ਸੋ ਇਹਨਾਂ ਕੁਐਸਚਨਾਂ ਦੇ ਵਿੱਚ ਕਨਫਿਊਜ਼ ਨਹੀਂ ਹੋਣਾ ਅਲੱਗ-ਅਲੱਗ ਨੇ 24ਵਾਂ ਪ੍ਰਸ਼ਨ ਹੈ ਕਟੱਲਿਆ ਕਿਸ ਸਮਰਾਟ ਦਾ ਪ੍ਰਧਾਨ ਮੰਤਰੀ ਸੀ ਰਾਜਾ ਅਸ਼ੋਕ ਦਾ ਚੰਦਰਗੁਪਤ ਮੌਰੀਆ ਦਾ ਚੰਦਰਗੁਪਤ ਪਹਿਲੇ ਦਾ ਜਾਂ ਫਿਰ ਸੁਮੰਦਰਗੁਪਤ ਦਾ ਤਾਂ ਉਸ ਹੀ ਗਾ ਜੀ ਆਪਸ਼ਨ B ਚੰਦਰਗੁਪਤ ਮੌਰੀਆ ਦਾ ਪ੍ਰਧਾਨ ਮੰਤਰੀ ਸੀ ਕਟੱਲਿਆ ਪ੍ਰਸ਼ਨ ਨੰਬਰ 25 ਸਾੰਚੀ ਦਾ ਸਤੂਪ ਦਾ ਸਬੰਧ ਹੈ ਜਿਹੜਾ ਉਹ ਕਿਸ ਕਾਲ ਨਾਲ ਹੈ ਤੇ ਫੌਂਟ ਚੇਂਜ ਹੋ ਜਾਂਦੀ ਹੈ ਸੱਚੀ ਪਿਆ ਹੋਇਆ ਸਾਂਚੀ ਸਤੂਪ ਹੈ ਇਹ ਸਾਂਚੀ ਸਤੂਪ ਦਾ ਸਬੰਧ ਕਿਸ ਕਾਲ ਨਾਲ ਹੈ ਸਮਰਾਟ ਅਸ਼ੋਕ ਦੇ ਕਾਲ ਨਾਲ ਸਮਰਾਟ ਕਨਿਸ਼ਕ ਦੇ ਕਾਲ ਨਾਲ ਜਾਂ ਹਰਸ਼ਵਰਧਨ ਦੇ ਕਾਲ ਨਾਲ ਜਾਂ ਇਹਨਾਂ ਵਿੱਚੋਂ ਕੋਈ ਨਹੀਂ ਤੇ ਇਹਦਾ ਸਬੰਧ ਹੈ ਜਿਹੜਾ ਉਹ ਸਮਰਾਟ ਅਸ਼ੋਕ ਦੇ ਨਾਲ ਹੈਗਾ ਅਸ਼ੋਕ ਦੇ ਕਾਲ ਨਾਲ ਹੈਗਾ ਸਾਂਚੀ ਸਤੂਪ ਦਾ ਸਬੰਧ ਸਮੁੰਦਰਗੋਪਤ ਦੇ ਰਾਜਕਾਲ ਵਿੱਚ ਇਲਾਹਾਬਾਦ ਦੇ ਸਤੰਭ ਦਾ ਲੇਖਕ ਕੌਣ ਸੀਗਾ ਹਰੀਸ਼ੇਨ ਆ ਸਬ ਕੋਸ਼ ਬਨਪਟ ਜਾਂ ਇਹਨਾਂ ਵਿੱਚੋਂ ਕੋਈ ਨਹੀਂ ਤਾਂ ਉਹ ਸੀਗਾ ਜੀ ਹਰੀ ਸਿੰਘ ਸੁਮندر ਗੋਪਤੀ ਰਾਜਕਾਲ ਵਿੱਚ ਇਲਾਹਾਬਾਦ ਦੇ ਸਤੰਭ ਦਾ ਲੇਖਕ ਸੀ ਜਿਹੜਾ ਉਹ ਹਰੀ ਸਿੰਘ ਸੀ ਆਪਸ਼ਨ ਏ ਸਾਡਾ ਆਨਸਰ ਆਏਗਾ ਰਾਜਾ ਰਜੇਸ਼ਵਰ ਜਾਂ ਬ੍ਰਹਦੇਸ਼ਵਰ ਦੇ ਮੰਦਿਰ ਦਾ ਨਿਰਮਾਣ ਕਿਸ ਰਾਜੇ ਨੇ ਕੀਤਾ ਸੀਗਾ ਰਾਜਾ ਰਾਜ ਪਹਿਲਾ ਹਰੀਹਰ ਪਹਿਲਾ ਕ੍ਰਿਸ਼ਨਦੇਵ ਰਾਏ ਜਾ ਫਿਰ ਕੁਲ ਟੰਗਾ ਪਹਿਲਾ ਤਾਂ ਇਹ ਕੀਤਾ ਸੀਗਾ ਜੀ ਰਾਜਾ ਰਾਜ ਪਹਿਲਾ ਤਾਂ ਆਪਸ਼ਨ ਇਹ ਅਨਸਰ ਆਏਗਾ ਸੁਬੰਦਰ ਦਾ ਬ੍ਰਹਦੇਸ਼ਵਰ ਮੰਦਿਰ ਵੀ ਕਿਹਾ ਜਾਂਦਾ ਹੈ ਰਾਜਾ ਰਾਜੇਸ਼ਵਰ ਮੰਦਿਰ ਵੀ ਕਿਹਾ ਜਾਂਦਾ ਹੈ ਪ੍ਰਸ਼ਨ ਨੰਬਰ 28 ਕੀਰਤੀ ਸਤੰਭ ਤੋਂ ਚਿਤੌੜਗੜ੍ਹ ਹੈ ਜੋ ਇਹਦਾ ਨਿਰਮਾਣ ਕਿਸ ਸਦੀ ਦੇ ਵਿੱਚ ਹੋਇਆ ਸੀ 15ਵੀਂ 16ਵੀਂ 12ਵੀਂ ਜਾਂ ਫਿਰ 13ਵੀਂ ਸਦੀ ਦੇ ਵਿੱਚ ਤਾਂ ਇਹ ਹੋਇਆ ਸੀਗਾ ਜੀ ਆਪਸ਼ਨ ਸੀ 12ਵੀਂ ਸਦੀ ਦੇ ਵਿੱਚ ਕੀਰਤੀ ਸਤੰਭ ਜੋਛ ਤੋੜਗੜਾ ਇਹਦਾ ਨਿਰਮਾਣ ਹੋਇਆ ਸੀਗਾ ਆਪਸ਼ਨ ਸੀ ਸਾਡਾ ਆਨਸਰ ਆਏਗਾ ਪ੍ਰਸ਼ਨ ਨੰਬਰ 29 ਗੁਪਤ ਵੰਸ਼ ਦੀ ਸਥਾਪਨਾ ਕਿਸ ਨੇ ਕੀਤੀ ਸੀ ਸੁਮੰਦਰ ਗੁਪਤ ਕੁਮਾਰ ਗੁਪਤ ਸ਼੍ਰੀ ਗੁਪਤ ਜਾਂ ਫਿਰ ਚੰਦਰ ਗੁਪਤ ਨੇ ਤਾਂ ਇਹਦਾ ਆਨਸਰ ਆਏਗਾ ਜੀ ਆਪਸ਼ਨ ਡੀ ਚੰਦਰ ਗੁਪਤ ਨੇ ਗੁਪਤ ਵੰਸ਼ ਦੀ ਇਹੜੀ ਉਹ ਸਥਾਪਨਾ ਕੀਤੀ ਸੀ ਅਕਬਰ ਨੇ ਇਹਨਾਂ ਵਿੱਚੋਂ ਕਿਸ ਪੱਖਪਾਤੀ ਟੈਕਸ ਦਾ ਖਾਤਮਾ ਕੀਤਾ ਇਹ ਚਾਰ ਟੈਕਸਾਂ ਦੇ ਨਾਮ ਨੇ ਜਕਰ ਖਾਨੰਜ ਜਜ਼ੀਆ ਅਤੇ ਚੌਥ ਤਾਂ ਅਕਬਰ ਨੇ ਜਿਹੜਾ ਜਜ਼ੀਆ ਦਾ ਖਾਤਮਾ ਕੀਤਾ ਸੀ ਜਜ਼ੀਆ ਕਰ ਹਟਾਇਆ ਸੀਗਾ ਆਪਸ਼ਨ ਸੀ ਸਾਡਾ ਆਨਸਰ ਆਏਗਾ ਪ੍ਰਸ਼ਨ ਨੰਬਰ 31 ਜੈਨ ਧਰਮ ਦੇ ਮੋਢੀ ਮਹਾਵੀਰ ਦਾ ਜਨਮ ਕਿੱਥੇ ਹੋਇਆ ਸੀ ਲੁੰਬਨੀ ਕੁੰਡਗ੍ਰਾਮ ਪਾਵਗ੍ਰਾਮ ਜਾਂ ਫਿਰ ਕੁਸ਼ੀਨਗਰ ਤਾਂ ਇਹ ਹੋਇਆ ਸੀਗਾ ਜੀ ਕੁੰਡਗ੍ਰਾਮ ਦੇ ਵਿੱਚ ਆਪਸ਼ਨ ਬੀ ਸਾਡਾ ਆਨਸਰ ਆਏਗਾ ਜੋ ਜੈਨ ਧਰਮ ਦੇ ਮੋਢੀ ਨੇ ਮਹਾਵੀਰ ਇਹਨਾਂ ਦਾ ਜਨਮ ਹੋਇਆ ਸੀ ਵੈਸ਼ਨਵ ਭਗਤੀ ਲਹਿਰ ਦਾ ਮੋਢੀ ਕੌਣ ਸੀ ਭਗਤ ਕਬੀਰ ਸ਼ੰਕਰਾਚਾਰੀਏ ਰਾਮਾਨੁਜ ਜਾਂ ਫਿਰ ਇਹਨਾਂ ਵਿੱਚੋਂ ਕੋਈ ਨਹੀਂ ਤਾਂ ਉਹ ਸੀਗਾ ਜੀ ਆਪਸ਼ਨ ਸੀ ਰਾਮਾਨੁਜ ਜੋ ਵੈਸ਼ਨਵ ਭਗਤੀ ਲਹਿਰ ਦੇ ਮੋਢੀ ਸੀਗੇ ਅਗਲਾ ਪ੍ਰਸ਼ਨ ਹੈ ਰਾਮਾਨੁਜ ਨੇ ਜੋ ਕਿਸ ਦੀ ਭਗਤੀ ਤੇ ਜ਼ੋਰ ਦਿੱਤਾ ਸੀ ਕ੍ਰਿਸ਼ਨ ਦੀ ਭਗਤੀ ਤੇ ਵਿਸ਼ਨੂੰ ਦੀ ਭਗਤੀ ਤੇ ਸ਼ਿਵ ਦੀ ਭਗਤੀ ਤੇ ਜਾਂ ਫਿਰ ਰਾਮ ਦੀ ਭਗਤੀ ਤੇ ਤਾਂ ਉਹਨਾਂ ਨੇ ਜ਼ੋਰ ਦਿੱਤਾ ਸੀਗਾ ਜੀ ਆਪਸ਼ਨ B ਵਿਸ਼ਨੂੰ ਦੀ ਭਗਤੀ ਤੇ ਰਾਮਾਨੁਜ ਨੇ ਜਿਹੜਾ ਜ਼ੋਰ ਦਿੱਤਾ ਸੀਗਾ 34ਵਾਂ ਪ੍ਰਸ਼ਨ ਹੈ ਭਾਰਤ ਦੇ ਚਾਰਾ ਕੋਨਿਆਂ ਵਿੱਚ ਮਠਾਂ ਦਾ ਨਿਰਮਾਣ ਕਿਸ ਨੇ ਕੀਤਾ ਸੀਗਾ ਸ਼ੰਕਰਾਚਾਰੀਏ ਨੇ ਰਾਮਾਨੁਜ ਨੇ ਵਾਸਬਰਾਜ ਨੇ ਜਾਂ ਫਿਰ ਗੋਰਖਨਾਥ ਨੇ ਤਾਂ ਇਹ ਕੀਤਾ ਸੀਗਾ ਜੀ ਸ਼ੰਕਰਾਚਾਰੀਆਂ ਨੇ ਭਾਰਤ ਦੇ ਚਾਰਾਂ ਕੋਨਿਆਂ ਦੇ ਵਿੱਚ ਮਠਾਂ ਦਾ ਨਿਰਮਾਣ ਕੀਤਾ ਸੀ ਆਪਸ਼ਨ ਏ ਸਾਡੇ ਸਾਡਾ ਜਿਹੜਾ ਆਨਸਰ ਆਏਗਾ ਸੋ ਇਹ ਅਗਲੇ ਭਾਗ ਦੇ ਅਗਲੇ ਇੰਪੋਰਟੈਂਟ ਐਮਸੀਕਿਊ ਕੁਐਸਚਨ ਸੀ ਕੰਟੀਨਿਊ ਤੁਹਾਨੂੰ ਇਹ ਜੋ ਅਸੀਂ ਕੁਐਸਚਨ ਪ੍ਰੋਵਾਈਡ ਕਰਦੇ ਰਹਾਂਗੇ ਵੀਡੀਓ ਚੰਗੀ ਲੱਗੇ ਲਾਈਕ ਕਮੈਂਟ ਤੇ ਅੱਗੇ ਸ਼ੇਅਰ ਕਰ ਦਿਓ ਬਾਕੀ ਮਾਸਟਰ ਟ੍ਰੀਟਰ ਦਾ ਇਗਜ਼ਾਮ ਹੈ ਜਿਹੜਾ ਅਗਲੇ 1-2 ਮਹੀਨਿਆਂ ਤੱਕ ਕਲੀਅਰ ਹੋ ਜਾਏਗਾ ਅਗਰ 1-2 ਮਹੀਨਿਆਂ ਤੱਕ ਵੈਕੈਂਸੀਆਂ ਆਉਂਦੀਆਂ ਨੇ ਤਾਂ ਜ਼ਰੂਰ ਆ ਜਾਓ ਤੁਹਾਡਾ ਐਗਜ਼ਾਮ ਲਿਆ ਜਾਇਆ ਯਾਰ ਵੈਕੈਂਸੀ ਨਹੀਂ ਹੁੰਦੀ ਤਾਂ ਚਾਂਸ ਘਟ ਜਾਣਗੇ ਕਿਉਂਕਿ ਅੱਗੇ ਚੋਣ ਜਾਬਤਾ ਵੀ ਲੱਗੇਗਾ ਇਲੈਕਸ਼ਨਸ ਵੀ ਆਉਂਦੀਆਂ ਨੇ ਇਹ ਸਰਕਾਰ ਤੇ ਡਿਪੈਂਡ ਹੈ ਕਿ ਨੋਟੀਫਿਕੇਸ਼ਨ ਜਾਰੀ ਕਰਦੀ ਹੈ ਜਾਂ ਨਹੀਂ ਕਰਦੀ ਬਾਕੀ ਇਦਾਂ ਦੀ ਜੋ ਅਪਡੇਟ ਆਏਗੀ ਸਭੇ ਸਰ ਅਸੀਂ ਤੁਹਾਡੇ ਨਾਲ ਸ਼ੇਅਰ ਕਰ ਦੇਣਾ ਹਾਂਗੇ ਬਾਕੀ ਦੇ ਭਾਗ ਜੋ ਵੀ ਹੁਣ ਤੱਕ ਅਸੀਂ ਤੁਹਾਨੂੰ ਪ੍ਰੋਵਾਈਡ ਕੀਤੇ ਨੇ ਮਾਸਟਰ ਗ੍ਰੇਡਰ ਨਾਲ ਸੰਬੰਧਿਤ ਚੈਨਲ ਦੀ ਪਲੇਲਿਸਟ ਵਿੱਚ ਜਾ ਕੇ ਰੀਡ ਕਰ ਸਕਦੇ ਹੋ ਲਿੰਕ ਇਸ ਵੀਡੀਓ ਦੇ ਡਿਸਕ੍ਰਿਪਸ਼ਨ ਦੇ ਵਿੱਚ ਤੁਹਾਨੂੰ ਮਿਲ ਜਾਏਗਾ ਸੋ ਮਿਲਦੇ ਹਾਂ ਜੀ ਅਗਲੇ ਨਵੇਂ ਕੁਐਸਚਨ ਨਾਲ ਅਗਲੇ ਨਵੇਂ ਭਾਗ ਵਿੱਚ ਉਹ ਤੱਕ ਲਈ ਧੰਨਵਾਦ